ਮੈਨੂੰ ਕੁਛ ਦਿਖਾਈ ਨਹੀਂ ਦਿੰਦਾ, ਸਭ ਕੁਛ ਸਾਹਮਣੇ ਅੰਧੇਰਾ ਹੋ ਗਿਆ। ਆਈ ਡੋਂਟ ਵਾਂਟ ਡੈਸ਼ ਹੋਪਸ ਵੀ ਮੈਂ ਜਿੰਨੇ ਵੀ ਓਪਰੇਸ਼ਨ ਕੀਤੇ ਆ ਮੇਰੇ ਕੋਲ ਇੱਕ ਦੋ ਹੀ ਸਕਸੈਸਫੁਲ ਹੈਗੇ ਆ। ਕਹਿੰਦੀ ਬੇਟਾ ਅਗਰ ਤੈਨੂੰ ਕਿਸੇ ਨੇ ਬਚਾਉਣਾ ਤਾਂ ਇੰਨੇ ਬਚਾਉਣਾ ਹੈਗਾ। ਕਿੱਦਾਂ ਹੁਣ ਯਾਰ ਓਪਰੇਸ਼ਨ ਦੇਖ ਕੇ ਬਾਅਦ 'ਚ ਮੈਂ ਕਿਸੇ ਨੂੰ ਮਿਲ ਸਕੂੰ ਜਾਂ ਨਹੀਂ ਮਿਲ ਸਕੂੰਗਾ, ਬੱਚੇ ਮੇਰੇ ਛੋਟੇ। ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਹੀ ਔਰ ਵੈਲਕਮ ਟੂ ਦ ਪ੍ਰੋਗਰਾਮ। ਅੱਜ ਮੇਰੀ ਗੈਸਟ ਹੈ ਰਮੇਸ਼ ਜੀ। ਰਮੇਸ਼ ਇਜ਼ ਅ ਮੈਨ ਆਫ ਮੈਨੀ ਟੈਲੈਂਟਸ। ਇਹ ਇੱਕ ਸਿੰਗਰ ਵੀ ਹੈ, ਮਿਊਜ਼ੀਸ਼ੀਅਨ ਵੀ ਹੈ, ਪੋਲੀਟੀਸ਼ੀਅਨ ਵੀ ਹੈ, ਬਿਜ਼ਨਸਮੈਨ ਵੀ ਹੈ, ਹਸਬੈਂਡ ਵੀ ਹੈ, ਬਾਪ ਔਰ ਦਾਦਾ ਵੀ ਹੈ। ਰਮੇਸ਼ ਜੀ ਨੂੰ ਦੇਖ ਕੇ ਤੁਸੀਂ ਬਹੁਤ ਖੁਸ਼ ਹੋਵੋਗੇ ਕਿਉਂਕਿ ਇਹ ਮੌਤ ਦੇ ਮੂੰਹ ਦੇ ਵਿੱਚੋਂ ਬਚ ਕੇ ਆਏ ਹਨ। ਅੱਜ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਹੈਗੀਆਂ ਔਰ ਆਪਾਂ ਇਹਨਾਂ ਨੂੰ ਪੁੱਛਣਾ ਹੈਗਾ ਕਿ ਇਹਨਾਂ ਦੀ ਤਾਕਤ, ਇਹਨਾਂ ਦੀ ਬਰਕਤ ਕਿਸ ਤਰ੍ਹਾਂ ਇਹਨਾਂ ਦੇ ਉੱਤੇ ਆਈ ਹੈਗੀ ਹੈ, ਇਹਨਾਂ ਦੀ ਲਾਈਫ ਕਿੱਦਾਂ ਟ੍ਰਾਂਸਫੋਰਮ ਹੋਈ ਹੈਗੀ ਹੈ। ਮੈਨ ਆਫ ਮੈਨੀ ਟੈਲੈਂਟਸ ਰਮੇਸ਼ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਡੈਨੀ ਜੀ। ਜੈਮਸੀ ਦੀ ਜੈਮਸੀ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਲਾਮ। ਮੈਂ ਤੈਨੂੰ ਪਿਆਰ ਨਾਲ ਬਹੁਤ ਦੇਰ ਤੋਂ ਜਾਣਦਾ ਹੈਗਾ ਔਰ ਆਪਣੀ ਦੋਸਤੀ ਵੀ ਰਹੀ ਹੈਗੀ ਆ ਔਰ ਪਿਆਰ ਨਾਲ ਬੱਬੂ ਮੈਂ ਕਹਿੰਦਾ, ਪਰ ਅੱਜ ਮੈਂ ਕੋਸ਼ਿਸ਼ ਕਰਨੀ ਹੈਗੀ ਕਿ ਮੈਂ ਬੱਬੂ ਨਹੀਂ ਕਹਿਣਾ, ਅੱਜ ਮੈਂ ਤੁਹਾਡਾ ਐਕਸ਼ਨ ਨਾ ਜਿਹੜਾ ਹੈਗਾ ਮੈਂ ਉਹਦੇ ਵਿੱਚ ਹੀ ਤੁਹਾਨੂੰ ਕਹੂੰਗਾ ਰਮੇਸ਼ ਜੀ। ਸੋ ਬੋਰਨ ਇਨ ਇੰਡੀਆ ਬਟ ਰੇਜ਼ਡ ਇਨ ਦਾ ਯੂ ਕੇ, ਹੈ ਨਾ? ਹਾਂਜੀ ਸਹੀ ਹੈ ਨਾ ਜੀ, ਤੁਸੀਂ ਪੈਦਾਇਸ਼ ਹੋਈ ਸੀ ਇੰਡੀਆ ਦੇ ਵਿੱਚ, ਰੇਜ਼ ਹੋਏ ਹੈਗੇ ਯੂ ਕੇ ਦੇ ਵਿੱਚ। ਰਮੇਸ਼ ਜੀ ਮੈਂ ਉਸ ਮੌਕੇ ਦੇ ਵਿੱਚ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਕਿ ਜਦੋਂ ਤੁਸੀਂ ਯੰਗ ਸੀਗੇ, ਦੁਨੀਆ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਵੀ ਜਵਾਨੀ ਦੇ ਵਿੱਚ ਪੈਰ ਰੱਖਿਆ ਸੀਗਾ ਐਂਡ ਸਡਨਲੀ ਇੱਕ ਬੜੀ ਭਾਰੀ ਬਿਮਾਰੀ ਤੁਹਾਨੂੰ ਲੱਗ ਗਈ ਸੀਗੀ, ਤਾਂ ਉਹ ਦਿਨ ਜਿਹੜਾ ਸੀਗਾ ਤਾਂ ਵੀ ਮੈਂ ਉਹ ਤੁਹਾਨੂੰ ਉਸ ਮੌਕੇ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈਗਾ। ਸਾਡੇ ਨਾਲ ਸ਼ੇਅਰ ਕਰੋ ਕੀ ਹੋਇਆ ਸੀ ਉਦੋਂ। ਮੇਰੀ ਕੋਈ 20 ਸਾਲ ਦੀ ਉਮਰ ਸੀ, ਬੜੀ ਜਵਾਨੀ ਦਾ ਜੋਸ਼ ਜਿੱਦਾਂ ਬੱਚਿਆਂ ਨੂੰ ਹੁੰਦਾ ਆ, ਹਾਂ ਉਸ ਤਰ੍ਹਾਂ ਸੀਗਾ। ਤਾਂ ਮੈਂ ਕਾਫੀ ਟ੍ਰੇਨਿੰਗ ਵਗੈਰਾ ਕਰਦਾ ਸੀਗਾ, ਲੇਕਿਨ ਮੈਂ ਇਹ ਨਹੀਂ ਸੋਚਿਆ ਕਦੀ ਵੀ ਇਹਦਾ ਇੰਪਲੀਕੇਸ਼ਨ ਮੇਰੇ ਉੱਤੇ ਕੀ ਹੋਊਗਾ। ਮੈਂ ਕਾਫੀ ਦੌੜਾ ਦੌੜਾ ਲਾਉਣੀਆਂ ਔਰ ਮੇ ਕੀ ਹੋਇਆ ਕਿ ਮੈਂ ਇੰਨਾ ਭਾਰ ਘਟਾ ਲਿਆ ਕਿ ਮੇਰੀਆਂ ਜਿਹੜੀਆਂ ਨਾੜਾਂ ਅੰਦਰੋਂ ਉਹ ਵੀ ਸੁੱਕਣੀਆਂ ਸ਼ੁਰੂ ਹੋ ਗਈਆਂ ਔਰ ਬਹੁਤ ਲੋਕਾਂ ਨੇ ਦੁਆ ਕੀਤੀ ਮੇਰੇ ਵਾਸਤੇ। ਔਰ ਉਸ ਵੇਲੇ ਮੈਂ ਇਹ ਸਮਝਦਾ ਸੀਗਾ ਕਿਉਂਕਿ ਮੈਂ ਕ੍ਰਿਸਚਨ ਹਾਂ, ਮੇਰਾ ਹੱਕ ਮਸੀਹ ਦੇ ਉੱਤੇ ਆ, ਮੈਂ ਜੋ ਮਰਜ਼ੀ ਕਰ ਸਕਦਾ, ਲੋਕਾਂ ਨੇ ਮੇਰੇ ਵਾਸਤੇ ਦੁਆਵਾਂ ਕੀਤੀਆਂ ਤਾਂ ਮੈਂ ਚੰਗਾ ਹੋਇਆ, ਠੀਕ ਹੈ ਜੀ। ਸੋ ਇਹ ਤਾਂ ਮਤਲਬ ਕਿ ਤੁਸੀਂ ਦੁਆਵਾਂ ਨਾਲ ਠੀਕ ਹੋਏ। ਹਾਂਜੀ, ਤਾਂ ਖੁਦਾਵੰਦ ਯਿਸੂ ਇੰਨਾ ਵੀ ਕਮਿਟ ਕੀਤਾ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਤੁਹਾਨੂੰ ਬਚਾਇਆ ਹੈਗਾ। ਹਾਂਜੀ, ਪਰ ਉਹਨੂੰ ਤੁਸੀਂ ਪਾਇਆ ਨਹੀਂ? ਨਹੀਂ, ਕਿਉਂਕਿ ਦੂਸਰਾ ਔਲਰੇਡੀ ਪਾਇਆ ਹੋਇਆ ਸੀ। ਨਹੀਂ ਨਹੀਂ, ਔਲਰੇਡੀ ਸਾਰੀ ਮੇਰੀ ਫੈਮਿਲੀ ਨੇ ਪਾਇਆ ਹੋਇਆ ਸੀਗਾ। ਤਾਂ ਜਦ ਮੇਰੀ ਫੈਮਿਲੀ ਨੇ ਪਾਇਆ ਹੋਇਆ ਤਾਂ ਮੈਂ ਸੋਚਦਾ ਵੀ ਮੇਰਾ ਤਾਂ ਉਹਦੇ ਉੱਤੇ ਹੱਕ ਹੈ ਹੀ ਹੈ ਕਿ ਜੇ ਅਗਰ ਮੇਰੇ 'ਤੇ ਕੋਈ ਦੁੱਖ ਤਕਲੀਫ ਹੁੰਦੀ ਤਾਂ ਉਹਦਾ ਹੱਕ ਬਣਦਾ ਮੈਨੂੰ ਠੀਕ ਕਰਨ ਦਾ। ਬਹੁਤ ਅੱਛੀ ਗੱਲ, ਬਹੁਤ ਸੋਚ ਜਿਹੜੀ ਹੈਗੀ ਆ ਔਰ ਵਾਕਿਆ ਦੇ ਜਵਾਨੀ ਦੇ ਜੋਸ਼ ਦੇ ਵਿੱਚ ਆ ਕੇ ਬੰਦਾ ਸੋਚਦਾ ਹੈਗਾ ਇੰਨਾ। ਤਾਂ ਇਹ ਸਿੰਗਿੰਗ ਦਾ ਤੁਹਾਡਾ ਕਿੱਦਾਂ ਸ਼ੌਕ ਆ ਗਿਆ? ਐਕਚੁਲੀ ਵੈਸੇ ਦੂਸਰਾ ਡੈਨੀ ਜੀ, ਤੁਹਾਨੂੰ ਦੇਖਿਆ ਦੂਸਰਾ ਗਰੁੱਪਾਂ ਦੇ ਵਿੱਚ, ਹਾਂਜੀ ਮੈਨੂੰ ਪਹਿਲਾਂ ਤੋਂ ਥੋੜ੍ਹਾ ਬਹੁਤ ਸ਼ੌਕ ਸੀਗਾ, ਫਿਰ ਮੈਂ ਕੁਛ ਦੂਸਰਾ ਤਬਲਾ ਸਿੱਖਿਆ, ਹਾਂਜੀ ਟੀਚਰ ਸੀਗੇ ਮੇਰੇ, ਹਾਂਜੀ ਕੁਲਦੀਪ ਸਿੰਘ, ਉਹਨਾਂ ਤੋਂ ਤਬਲਾ ਸਿੱਖਿਆ, ਫਿਰ ਨੌਰਾ ਹੁਣਾ ਕੋਲੋਂ ਗਾਣਾ ਸਿੱਖਿਆ ਕਾਫੀ ਦੇਰ, ਹਾਂਜੀ। ਤਾਂ ਹੁਣ ਆਉਂਦੇ ਆਉਂਦੇ ਸਾਹਿਬ ਜੀ, ਉਹਨਾਂ ਨੂੰ ਬੜੀ ਅੱਛਾ ਲੱਗਦਾ ਕਿ ਮੈਂ ਜੋ ਕੁਛ ਆਪਣੀ ਜ਼ਿੰਦਗੀ 'ਚ ਕੀਤਾ ਔਰ ਜੋ ਜ਼ਿੰਦਗੀ ਦੇ ਵਿੱਚ ਮੋੜ ਕੀਤਾ ਹੈਗਾ ਉਹ ਬਹੁਤ ਬੜਾ ਅੱਛਾ ਮੋੜ ਕੀਤਾ ਹੈਗਾ। ਤੁਸੀਂ ਇੰਜੋਏ ਕੀਤਾ ਫਿਰ ਇਹਦਾ ਮਤਲਬ ਵੀ ਕਾਫੀ ਕੰਪੋਜ਼ ਕਰਨਾ ਜਾਂ ਗਾਣੇ ਬਣਾਉਣੇ ਜਾਂ ਕਿਸੇ ਨਾਲ ਤਪਲਾ? ਹਾਂਜੀ ਹਾਂਜੀ, ਐਕਚੁਲੀ ਮਿਊਜ਼ਿਕ ਇਜ਼ ਮਾਈ ਪੈਸ਼ਨ, ਹੈ ਨਾ? ਇਹ ਤਾਂ ਇੱਕ ਚੀਜ਼ ਹੈਗੀ ਜਿਹੜੀ ਦੂਸਰਾ ਤੁਸੀਂ ਕਿਸੇ ਵੀ ਵੱਲ ਦੇਖੋ, ਰਾਈਟ? ਕਿਉਂਕਿ ਗਾਣਾ ਗਾ ਹੋ ਸਕਦਾ ਦੂਸਰਾ ਖੁਸ਼ੀ ਦੇ ਨਾਲ, ਔਰ ਜਦੋਂ ਤੁਸੀਂ ਖੁਸ਼ ਹੁੰਦੇ ਆ ਤਾਂ ਫਿਰ ਦੂਸਰਾ ਤੁਸੀਂ ਗਾਉਂਦੇ ਮਿਊਜ਼ਿਕ ਨੂੰ ਇੰਜੋਏ ਕਰਦੇ, ਨਾਲ ਨਾਲ ਬਿਜ਼ਨਸ ਵੀ ਸ਼ੁਰੂ ਕੀਤੇ। ਹਾਂਜੀ ਹਾਂਜੀ, ਫਿਰ ਦੂਸਰਾ ਔਰ ਕਾਫੀ ਬਿਜ਼ਨਸ ਇਸ ਦੇ ਵਿੱਚ ਹੁੰਦੀ ਗਏ। ਹਾਂਜੀ ਹਾਂਜੀ, ਮੈਂ ਦੂਸਰਾ ਸੀ ਆਪਟੀਕਲ ਬਿਜ਼ਨਸ ਦੇ ਵਿੱਚ ਵੀ ਰਹੇ ਹਾਂ, ਫਿਰ ਦੂਸਰਾ ਫਰੋਜ਼ਨ ਫੂਡ ਬਿਜ਼ਨਸ ਦੇ ਵਿੱਚ ਵੀ ਰਹੇ ਹਾਂ, ਹਾਂਜੀ। ਤਾਂ ਹੁਣ ਮੇਰੇ ਬੇਟੇ ਕਰਦੇ ਆ ਕਿ ਬਿਜ਼ਨਸ, ਹਾਂਜੀ। ਤਾਂ ਫਿਰ ਤੁਸੀਂ ਪੋਲੀਟੀਸ਼ੀਅਨ ਦੇ ਵਿੱਚ ਵੀ ਆਪਣਾ ਪੈਰ ਰੱਖਿਆ ਹੈ? ਹਾਂਜੀ, ਉਹ ਸਿਰਫ ਉਹ ਮੇਰਾ ਖਿਆਲ ਮੇਰੇ
ਮੇਰੇ ਬਚਾਉਣ ਵਾਲੇ ਨੇ ਉਹ ਇੱਕ ਐਸਾ ਰਸਤਾ ਬਣਾਇਆ ਕਿ ਉਸ ਪਾਥ ਨੂੰ ਅਗਰ ਨਾ ਮੈਂ ਫੋਲੋ ਕਰਦਾ, ਕਿਉਂਕਿ ਸਾਰੇ ਮਿਨਿਸਟਰਸ ਨਹੀਂ ਬਣ ਸਕਦੇ, ਕਿਉਂਕਿ ਕੌਮ ਨੂੰ ਅੱਗੇ ਲਿਜਾਣ ਵਾਸਤੇ ਵੀ ਲੋਕ ਕੁਛ ਚਾਹੀਦੇ ਹੈਗੇ ਜਿਹੜੇ ਆਪਣੀ ਕੌਮ ਵਾਸਤੇ ਕੁਛ ਕਰਨ। ਤਾਂ ਮੇਰੀ ਕੋਲਿੰਗ ਜਿਹੜੀ ਆ ਉਹ ਇਸ ਤਰੀਕੇ ਦੀ ਆ ਕਿ ਮੈਂ ਵੀ ਆਪਣੀ ਕੌਮ ਵਾਸਤੇ ਰੈਗੂਲੇਸ਼ਨ ਜਾਂ ਉਹਨਾਂ ਦੀ ਆਵਾਜ਼ ਬਣ ਕੇ ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਜੋ ਪ੍ਰੋਬਲਮਸ ਹੈਗੇ ਉਹਨਾਂ ਨੂੰ ਅੱਗੇ ਤੱਕ ਪਹੁੰਚਾਵਾਂ, ਜੋ ਮੇਨ ਸੈਂਟਰਲ ਗਵਰਨਮੈਂਟ ਹੈਗੇ, ਲੋਕਲ ਗਵਰਨਮੈਂਟਸ ਹੈਗੇ ਆ, ਉਹਨਾਂ ਤੱਕ ਪਹੁੰਚਾਵਾਂ। ਕਿਸ ਤਰ੍ਹਾਂ ਦਾ ਕੰਮ ਕਰਦੇ ਹੋ ਵੈਸੇ ਤੁਸੀਂ? ਵੈਲ, ਮੈਂ ਇੱਕ ਔਰਗਨਾਈਜੇਸ਼ਨ ਜਿਹੜੀ ਹੈਗੀ, ਮੈਂ ਕ੍ਰਿਸਚਨ ਔਰਗਨਾਈਜੇਸ਼ਨ ਆ, ਹਾਂਜੀ, ਇੰਟਰਨੈਸ਼ਨਲ ਏਸ਼ੀਅਨ ਕ੍ਰਿਸਚਨ ਫਰੰਟ, ਜਿਸਦਾ ਮੈਂ ਪ੍ਰੈਜ਼ੀਡੈਂਟ ਹੈਗਾ। ਔਰ ਉਹਦੇ ਵਿੱਚ ਇੱਕ ਅਸੀਂ ਬਣਾਇਆ ਸੀਗਾ ਵੀ ਅਗਰ ਇਸ ਔਰਗਨਾਈਜੇਸ਼ਨ ਨੂੰ ਅੱਗੇ ਲੈ ਕੇ ਜਾਣਾ ਤਾਂ ਇਸ ਔਰਗਨਾਈਜੇਸ਼ਨ ਨੂੰ ਪੋਲੀਟਿਕਸ ਤਿਆਰ, ਪੋਲੀਟਿਕਸ ਦੇ ਵਿੱਚ ਕ੍ਰਿਸਚਨ ਜਿਹੜੇ ਸਾਊਥ ਏਸ਼ੀਆ ਦੇ ਕ੍ਰਿਸਚਨਸ ਆ ਉਹਨਾਂ ਨੂੰ ਪੋਲੀਟਿਕਸ ਦੇ ਵਿੱਚ ਅੱਗੇ ਲਿਜਾਣਾ ਪਊਗਾ, ਕਿਉਂਕਿ ਅਗਰ ਉਹਨਾਂ ਨੇ ਆਪਣੀ ਆਵਾਜ਼ ਉਠਾਉਣੀ ਤਾਂ, ਆਪਣੇ ਲੋਕਾਂ ਦੀ ਆਵਾਜ਼ ਉਠਾਉਣੀ ਤਾਂ, ਕਿਉਂਕਿ ਇੰਗਲੈਂਡ ਦੇ ਵਿੱਚ ਤੁਹਾਨੂੰ ਪਤਾ ਬਾਕੀ ਦੇ ਜਿੰਨੇ ਧਰਮ ਸਾਊਥ ਏਸ਼ੀਆ ਤੋਂ ਆਏ ਹੈਗੇ ਆ ਉਹ ਬਹੁਤ ਅੱਗੇ ਨਿਕਲ ਗਏ ਹੈਗੇ ਆ, ਅਸੀਂ ਪਿੱਛੇ ਇਸ ਕਰਕੇ ਰਹਿ ਗਏ ਕਿਉਂਕਿ ਸਾਡੀ ਆਵਾਜ਼ ਨਹੀਂ ਹੈ। ਰੈਪ੍ਰਜੈਂਟੇਸ਼ਨ ਐਸ ਫਾਰ ਐਸ ਸਾਊਥ ਏਸ਼ੀਅਨ ਕ੍ਰਿਸਚਨਸ ਆ ਕੰਸਰਨ, ਤੁਸੀਂ ਕਹਿੰਦੇ ਹੈਗੇ ਕਿ ਉਹ ਬਹੁਤ ਕੰਮ ਹੈ? ਹਾਂਜੀ, ਨਹੀਂ ਕੰਮ ਨਹੀਂ ਹੈ, ਹੈ ਹੀ ਨਹੀਂ, ਹੈ ਨਹੀਂ। ਰਮੇਸ਼ ਜੀ, ਇਹ ਤਾਂ ਹੈਗੀਆਂ ਦੁਨਿਆਵੀ ਚੀਜ਼ਾਂ ਔਰ ਇਹ ਤਾਂ ਚੱਲਦੀਆਂ ਰਹਿਣੀਆਂ ਹੈਗੀਆਂ। ਹਾਂਜੀ, ਮੈਂ ਤੁਹਾਡਾ ਥੋੜ੍ਹਾ ਕੁ ਜਿੱਦਾਂ ਕਹਿੰਦੇ ਮੂਡ ਲੈ ਕੇ ਆਉਣਾ ਚਾਹੁੰਦਾ ਹੈਗਾ ਹਾਂ ਕਿ ਤੁਹਾਡੀ ਜਿਹੜੀ ਜ਼ਿੰਦਗੀ ਜਿਹੜੀ ਤੁਹਾਨੂੰ ਗਿਫਟ ਦਿੱਤੀ ਗਈ ਹੈਗੀ ਆ, ਖੁਦਾ ਨੇ ਹਰ ਇੱਕ ਇਨਸਾਨ ਨੂੰ ਇੱਕ ਤੋਹਫਾ ਦਿੱਤਾ ਹੈਗਾ, ਜ਼ਿੰਦਗੀ ਦਿੱਤੀ ਹੈਗੀ ਔਰ ਬੜੀ ਪ੍ਰੈਸ਼ਸ ਜ਼ਿੰਦਗੀ ਹੈਗੀ ਆ। ਤਾਂ ਮੈਨੂੰ ਇਹ ਵੀ ਪਤਾ ਕਿ ਤੁਸੀਂ ਸ਼ਾਦੀਸ਼ੁਦਾ ਹੈ, ਹਾਂਜੀ, ਔਰ ਗਾਂ ਤੁਹਾਡੇ ਬੱਚੇ ਵੀ ਹੈ? ਹਾਂਜੀ, ਮੇਰੇ ਦੋ ਬੇਟੇ, ਇੱਕ ਬੇਟੀ, ਮੇਰੀ ਬੇਟੀ ਸ਼ੀਜ਼ ਅ ਸੋਲੀਸਿਟਰ, ਹਾਂਜੀ, ਮੇਰੇ ਦੋ ਬੇਟੇ ਉਹ ਬਿਜ਼ਨਸ ਕਰਦੇ। ਹਾਂਜੀ, ਸੋ ਖੁਦਾ ਨੇ ਐਥਲੀ ਬਲੈਸਿੰਗਸ ਦਿੱਤੀਆਂ ਹੋਈਆਂ। ਹਾਂਜੀ, ਮੇਰੇ ਬਹੁਤ ਤਿੰਨ ਪੋਤੇ ਆ। ਪ੍ਰੇਜ਼ ਗੋਡ ਕਿ ਤੁਹਾਡੇ ਗਾਂ ਪੀੜ੍ਹੀ ਵੀ ਚੱਲ ਰਹੀ ਹੈਗੀ, ਇਹਦਾ ਮਤਲਬ ਤੁਸੀਂ ਦਾਦਾ ਵੀ ਆ, ਹਾਂਜੀ, ਬਾਪ ਵੀ ਆ, ਬਿਜ਼ਨਸਮੈਨ ਵੀ ਆ, ਮਿਊਜ਼ੀਸ਼ੀਅਨ ਵੀ ਹੈਗੇ ਆ, ਇਹ ਕਵਰ ਕਰ ਦਿੱਤੀਆਂ ਚੀਜ਼ਾਂ। ਪਰ ਤੁਹਾਨੂੰ ਤੁਹਾਡੇ ਬਾਪ ਨੇ ਕਿੱਦਾਂ ਬਚਾਇਆ? ਮੇਰੇ ਬਾਪ ਨੇ ਇੱਦਾਂ ਬਚਾਇਆ ਕਿ ਮੈਂ ਆਪਣੀ ਬਿਜ਼ਨਸ ਬੰਦ ਕਰਕੇ ਆ ਰਿਹਾ ਸੀਗਾ ਤਾਂ ਮੇਰੇ ਕੋਲ ਲੌਂਗ ਵੀਲ ਬੇਸ ਦੀ ਫੈਨ ਸੀਗੀ, ਕਾਫੀ ਵੱਡੀ ਫੈਨ। ਦੇਖੋ, ਉਹਨੇ ਮੈਨੂੰ ਲਿਆ ਕੇ ਇੱਕ ਐਸੀ ਜਗ੍ਹਾ ਦੇ ਉੱਤੇ ਖੜ੍ਹਾ ਕੀਤਾ, ਮੈਂ ਮੋਟਰ M6 ਤੋਂ ਆ ਰਿਹਾ ਸੀਗਾ, ਉੱਥੇ ਖੜ੍ਹਾ ਕੀਤਾ ਔਰ ਮੇਰੀਆਂ ਅੱਖਾਂ ਦੇ ਅੱਗੇ ਹਨੇਰਾ ਆ ਗਿਆ, ਮੈਨੂੰ ਕੁਛ ਨਹੀਂ ਸੀ ਦਿਸਦਾ। ਮੇਰੀ ਵਾਈਫ ਦੁਕਾਨ 'ਤੇ ਗਈ, ਉਹ ਵਾਪਸ ਆਈ ਤਾਂ ਮੈਂ ਕਿਹਾ ਵੇਨਸ, ਮੈਨੂੰ ਕੁਛ ਦਿਖਾਈ ਨਹੀਂ ਦਿੰਦਾ, ਸਭ ਕੁਛ ਸਭ ਅੰਧੇਰਾ ਹੋ ਗਿਆ। ਤਾਂ ਉਹ ਕਹਿੰਦੀ ਉੱਦਾਂ ਹੀ ਲੱਗਦੇ ਹੁਣ ਅੱਖਾਂ ਮਲ ਕੇ ਦੇਖੋ। ਮੈਂ ਕਿਹਾ ਨਹੀਂ ਨਹੀਂ, ਮੈਨੂੰ ਕਾਫੀ ਦੇਰ ਹੋ ਗਈ, ਤਿੰਨ, ਤੁਹਾਨੂੰ ਪਤਾ ਦੂਸਰਾ ਔਰਤਾਂ ਜਦੋਂ ਦੁਕਾਨ 'ਚ ਚਲ ਜਾਂਦੀਆਂ ਉਹ ਛੇਤੀ ਨਹੀਂ ਵਾਪਸ ਆਉਂਦੀਆਂ। ਹਾਂਜੀ, ਮੈਂ ਕਿਹਾ ਮੈਨੂੰ ਦੱਸਿਆ ਕਾਫੀ ਦੇਰ ਹੋ ਗਈ ਆ, ਪਰ ਕੁਛ ਠੀਕ ਨਹੀਂ ਹੋਇਆ। ਮੈਂ ਡਰਦਾ ਵੈਨ 'ਚੋਂ ਨਹੀਂ ਨਿਕਲਿਆ ਕਿ ਅਗਰ ਕੋਈ ਕਾਰ ਕੂਰ ਆਏ ਤਾਂ ਦੱਸਾਂ ਵੀ ਮੈਂ ਮੇਰੇ ਵਿੱਚ ਨਾਲ ਗਏ। ਤਾਂ ਉਹਨੇ ਮੇਰੇ ਉਹਦੇ ਬੇਟਿਆਂ ਨੂੰ ਫੋਨ ਕੀਤਾ, ਉਹ ਆਏ, ਇੱਕ ਵੈਨ ਵਾਪਸ ਲੈ ਗਿਆ ਘਰ, ਇੱਕ ਮੈਨੂੰ ਹੋਸਪਿਟਲ ਲੈ ਗਿਆ। ਹੋਸਪਿਟਲ ਲੈ ਗਿਆ ਤਾਂ ਉੱਥੇ ਉਹਨਾਂ ਨੇ ਚੈੱਕ ਵਗੈਰਾ ਕੀਤਾ, ਉਹ ਕਹਿੰਦੇ ਦੱਸਿਆ ਵੀ ਸਾਡੇ ਕੋਲ ਸਰਜਨ ਹੈ ਨੀਗਾ ਇੱਥੇ ਜਿਹੜਾ ਕਿ ਵੀ ਤੁਹਾਨੂੰ ਦੇਖ ਸਕੇ ਜਾਂ ਓਪਰੇਸ਼ਨ ਦੀ ਜ਼ਰੂਰਤ ਹੈਗੀ ਆ, ਵੀ ਨੀਡ ਟੂ ਰਿਲੀਸ ਪ੍ਰੈਸ਼ਰ ਔਨ ਯੋਰ ਆਈਸ, ਬਿਕੋਜ਼ ਮੇਰਾ ਸਿਰ ਅੱਖਾਂ ਦਿਸਦਾ ਨਹੀਂ ਸੀ, ਸਿਰ ਬੜਾ ਦੁਖਦਾ ਸੀ ਮੇਰਾ। ਤਾਂ ਕਹਿੰਦੇ ਮੈਂ ਕਿਹਾ ਠੀਕ ਆ, ਹਾਂਜੀ, ਹਨੇਰਾ ਹੋ ਗਿਆ ਵਾਪਸ। ਮੇਰੀ ਵਾਈਫ ਬੈਠੀ ਰਹੇ 4-5 ਘੰਟੇ ਹੋ ਗਏ, ਉਹ ਸਰਜਨ ਆਇਆ, ਕਹਿੰਦਾ ਵੀ ਉਹਨੇ ਸਕੈਨਸ ਮੇਰੇ ਦੇਖੇ ਆ, ਸਕੈਨਸ ਵਗੈਰਾ ਦੇਖੇ ਆ। ਤਾਂ ਇਹ ਬਹੁਤ ਕੰਪਲੀਕੇਸ਼ਨ ਓਪਰੇਸ਼ਨ ਹੈਗਾ, ਵੀ ਆਲ ਹੈਵ ਓਪਨ ਯੋਰ ਸਕਲ ਐਂਡ ਓਪਰੇਸ਼ਨ ਮੈਨੂੰ ਕਰਨਾ ਪਊਗਾ। ਕਹਿੰਦਾ ਆਈ ਡੋਂਟ ਵਾਂਟ ਟੂ ਡੈਸ਼ ਯੂਰ ਹੋਪਸ, ਵੀ ਮੈਂ ਜਿੰਨੇ ਵੀ ਓਪਰੇਸ਼ਨ ਕੀਤੇ ਆ ਮੇਰੇ ਖਿਆਲ 1-2 ਹੀ ਸਕਸੈਸਫੁਲ ਹੈਗੇ ਆ, ਵੀ ਇੰਨੇ ਸਕਸੈਸਫੁਲ ਨਹੀਂ ਹੈਗੇ, ਵੀ ਯੂ ਕੁਡ ਪੈਰਾਲਾਈਜ਼, ਤੁਸੀਂ ਹੋ ਸਕਦੇ। ਤਾਂ ਮੇਰੀ ਵਾਈਫ
ਰੋਣ ਲੱਗ ਪਈ, ਬਾਹਰ ਚਲ ਗਏ, ਸਾਰਿਆਂ ਨੂੰ ਪਤਾ ਲੱਗ ਗਿਆ ਇੱਦਾਂ ਹੈਗਾ ਇੱਦਾਂ ਹੈਗਾ। ਔਰ ਮੈਂ ਆਪਣੇ ਇਮੋਸ਼ਨਸ ਨਹੀਂ ਦਿਖਾ ਸਕਦਾ, ਮੈਂ ਕਿਹਾ ਸਾਰੇ ਬਾਹਰ ਖੜ੍ਹੇ ਆ ਦਿਸਾ ਵੀ ਠੀਕ ਆ, ਮੈਂ ਕਿਹਾ ਠੀਕ ਆ, ਹਾਲੇ ਵੀ ਮੈਨੂੰ ਤਸੱਲੀ ਆ ਕਿ ਘਰਦਿਆਂ ਦੀ ਦੁਆ ਕੀਤੀ ਹੋਈ ਮੈਂ ਠੀਕ ਹੋ ਜਾਣਾ। ਮੈਂ ਸੋਚਦਾ ਚਲੋ ਠੀਕ ਆ ਠੀਕ ਆ ਠੀਕ ਆ। ਉਸ ਸੱਜਣ ਕਿ ਮੈਂ ਨਾ ਗੱਲ ਕਰਦਾ ਕਰਦਾ ਉਹ ਕਹਿੰਦਾ ਬੀ ਨੀਡ ਟੂ ਕੀਪ ਯੋਰ ਸਟ੍ਰੈਂਥ ਐਂਡ ਕੀਪ ਯੋਰ ਫੇਥ। ਠੀਕ ਹੈ, ਉਹ ਦੋ ਤਿੰਨ ਦਫ਼ਾ ਉਹਨੇ ਇਹ ਗੱਲ ਦੁਹਰਾਈ ਔਰ ਫਿਰ ਮੈਨੂੰ ਵਾਪਸ ਕਹਿੰਦੇ ਵੀ 6 ਵਜੇ ਸਵੇਰ ਨੂੰ ਤਿੰਨ ਥੀਏਟਰ 'ਚ ਲੈ ਕੇ ਆਉਣਗੇ ਤਾਂ ਵੀ ਓਪਰੇਸ਼ਨ ਕਰਨਗੇ ਤਾਂ ਫਿਰ ਦੇਖਾਂਗੇ ਹਾਕ ਸਕਸੈਸਫੁਲ ਹੋ ਗਿਆ ਵੀ ਪਤਾ ਲੱਗ ਜੂਗਾ। ਮੈਂ ਕਿਹਾ ਠੀਕ ਆ, ਹਾਂਜੀ ਚਲੇ ਗਏ ਬੋਰਡ ਦੇ ਵਿੱਚ ਮੈਨੂੰ ਛੱਡਿਆ ਹੈ ਤਾਂ ਮੈਂ ਵੇਨਸ ਨੂੰ ਕਿਹਾ ਵੀ ਬੱਚੇ ਛੋਟੇ ਆ ਵੀ ਤੂੰ ਤੂੰ ਚੱਲ ਘਰ ਵੀ ਤਾਂ ਮੇਰੀ ਭੂਆ ਬੜੀ ਦੁਸਾਰੇ ਰੋਂਦੀ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਜਾਓ ਰਾਈਟ ਬਿਕੋਜ਼ ਉਹ ਬੜੇ ਪਰੇਸ਼ਾਨ ਸੀਗੇ। ਹੁਣ ਤੁਹਾਨੂੰ ਪਤਾ ਦੱਸਾਂ ਵੀ ਤੁਹਾਡੇ ਦੱਸਾਂ ਵੀ ਮਾਂ ਪਿਓ ਦੱਸਾਂ ਪਰੇਸ਼ਾਨ ਹੋਣ, ਤੁਹਾਡੇ ਤੁਹਾਡਾ ਦਿਲ ਉਦੋਂ ਵੀ ਜ਼ਿਆਦਾ ਪਰੇਸ਼ਾਨ ਹੁੰਦਾ। ਮੈਨੂੰ ਦਿਸਦੇ ਨਹੀਂ ਸੀਗੇ ਲੇਕਿਨ ਉਹਨਾਂ ਦੀ ਆਵਾਜ਼ ਸੁਣਦੀ ਸੀ, ਉਹਨਾਂ ਦਾ ਜੋ ਸਟ੍ਰੈਸ ਹੈ ਆਵਾਜ਼ ਦੇ ਵਿੱਚ ਉਹ ਸੁਣ ਰਿਹਾ ਸੀ ਤਾਂ ਕਹਿੰਦੇ ਨਹੀਂ 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 ਬੇਟਾ। ਤਾਂ ਔਰ ਮੇਰੀ ਭੂਆ ਮੇਰੇ ਹੱਥ ਦੇ ਵਿੱਚ ਬਾਈਬਲ ਫੜਾਈ, ਕਹਿੰਦੀ ਬੇਟਾ ਅਗਰ ਤੈਨੂੰ ਕਿਸੇ ਨੇ ਬਚਾਉਣਾ ਤਾਂ ਇਹਨੇ ਬਚਾਉਣਾ ਹੈਗਾ। ਮੈਂ ਕਿਹਾ ਠੀਕ ਆ ਜੀ। ਤਾਂ ਉਹ ਕੋਈ 9:30-9:10 ਵਜੇ ਚਲੇ ਗਏ ਸਾਰੇ। ਹਾਂਜੀ ਮੈਂ ਬੈਠਾ ਸੋਚਦਾ ਦੱਸਾਂ ਵੀ ਕੀ ਹੋਣਾ ਕੱਲ੍ਹ ਨੂੰ ਕੀ ਕਿੱਦਾਂ ਹੋਣੀ ਆ ਓਪਰੇਸ਼ਨ ਦੇਖ ਕੇ ਬਾਅਦ 'ਚ ਮੈਂ ਕਿਸੇ ਨੂੰ ਮਿਲ ਸਕੂੰਗਾ ਜਾਂ ਨਹੀਂ ਮਿਲ ਸਕੂੰਗਾ ਵੀ ਬੱਚੇ ਮੇਰੇ ਛੋਟੇ ਛੋਟੇ ਮੇਰਾ ਜਿਹੜਾ ਛੋਟਾ ਬੱਚਾ ਬੇਟਾ ਪ੍ਰਿੰਸ ਉਹ ਮੇਰੇ ਤੋਂ ਬਗੈਰ ਰਹਿੰਦਾ ਨਹੀਂ। ਮੈਂ ਬੜਾ ਦੱਸਾਂ ਬੜੀ ਉਦਾਸੀ ਬੜਾ ਪਰੇਸ਼ਾਨ ਬੜਾ ਮੁਸ਼ਕਲ ਦਾ ਟਾਈਮ। ਹਾਂ ਬੜਾ ਮੁਸ਼ਕਲ ਦਾ ਟਾਈਮ, 12:00-12:01 ਦਾ ਟਾਈਮ ਹੋਣਾ। ਮੈਂ ਦੁਆ ਸ਼ੁਰੂ ਕੀਤੀ ਤਾਂ ਥੋੜ੍ਹੀ ਜਿਹੀ ਲਾਈਟ ਮੇਰੇ ਅੱਖਾਂ ਦੇ ਅੱਗੇ ਅੱਖਾਂ ਅੱਗੇ ਅੱਗੇ ਆਈ ਹੈ ਨਾ। ਮੈਂ ਕਿਹਾ ਠੀਕ ਹੈ, ਇੰਨੀ ਕੁ ਦੁਆ ਦੇ ਨਾਲ ਹੈ ਨਾ ਵੀ ਕੁਛ ਲੱਗਦਾ ਫਰਕ ਪੈ ਗਿਆ। ਹਾਂ ਤਾਂ ਮੈਂ ਬੰਦ ਕਰ ਦਿੱਤੀ ਦੁਆ ਤਾਂ ਫਿਰ ਹਨੇਰਾ ਹੋ ਗਿਆ। ਫਿਰ 2-3 ਘੰਟੇ ਟਾਈਮ ਨਾਲ ਦੁਬਾਰਾ ਫਿਰ ਮੈਂ ਸੋਚਿਆ ਵੀ ਦੱਸਾਂ ਵੀ ਹੁਣ ਤਾਂ ਟਾਈਮ ਕਾਫੀ ਲੱਗ ਗਿਆ ਆਈ ਜਾਂਦਾ 6:00 ਛੇਤੀ। ਹਾਂਜੀ ਤਾਂ ਮੈਂ ਫਿਰ ਦੁਆ ਸ਼ੁਰੂ ਕੀਤੀ ਹੈ ਨਾ। 2-3 ਦਫ਼ਾ ਇੱਦਾਂ ਹੋਏ ਜਦੋਂ ਮੈਂ ਕਿਹਾ ਵੀ ਐਤਕੀ ਮੈਂ ਹਟਣਾ ਨੀਗਾ, ਜਿੰਨੇ ਚਿਰ ਕੋਈ ਐਸੀ ਫਰਕ ਨਹੀਂ ਪੈਂਦਾ ਵੀ ਜੇ ਇਹ ਰੋਸ਼ਨੀ ਜਿਹੜੀ ਆ ਇਹ ਜ਼ਿਆਦਾ ਦੇਰ ਰਹੇ ਵੀ ਇੱਦਾਂ ਨਹੀਂ ਹੋਵੇ ਵੀ ਮੈਂ ਦੁਆ ਬੰਦ ਕਰ ਦਵਾਂ ਤਾਂ ਫਿਰ ਰੋਸ਼ਨੀ ਚੱਲ ਜਾਵੇ। ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਹੈ ਨਾ ਤੁਸੀਂ ਆਪਣੇ ਦੋਨਾਂ ਹੱਥਾਂ ਦੇ ਨਾਲ ਫੜਨਾ ਚਾਹੁੰਦੇ ਹਾਂ। ਕਿਉਂਕਿ ਤੁਸੀਂ ਜਦੋਂ ਤੁਸੀਂ ਸ਼ਾਦੀਸ਼ੁਦਾ ਹੁੰਦੇ ਤੁਹਾਡੇ ਛੋਟੇ ਬੱਚੇ ਹੁੰਦੇ ਆ, ਤੁਸੀਂ ਆਪਣੀ ਜ਼ਿੰਦਗੀ ਉਹਨਾਂ ਵਾਸਤੇ ਵੀ ਜੀਣਾ ਚਾਹੁੰਦੇ। ਤੁਸੀਂ ਇੱਦਾਂ ਨਹੀਂ ਸੋਚਦੇ ਕਿ ਵੀ ਮੈਂ ਕਿਸ ਚੀਜ਼ ਵਾਸਤੇ ਜੀਣਾ ਚਾਹੁੰਦਾ। ਕਿਉਂਕਿ ਜਾਨ ਤੋਂ ਪਿਆਰਾ ਕੋਈ ਚੀਜ਼ ਵੀ ਦੁਨੀਆਂ ਦੇ ਵਿੱਚ ਜਾਨ ਤੋਂ ਪਿਆਰੀ ਨਹੀਂ ਹੈਗੀ। ਅਗਰ ਅੱਜ ਕੋਈ ਮੈਨੂੰ ਪੁੱਛੇ ਵੀ ਤੈਨੂੰ ਘੰਟੇ ਬਾਅਦ ਇੱਕ ਮੌਤ ਆਉਣੀ ਆ, ਮੈਂ ਮਰਨਾ ਚਾਹੁੰਦਾ ਨਹੀਂ ਵੀ ਮੈਂ ਮਰਾਂ, ਕੋਈ ਨਹੀਂ ਚਾਹੁੰਦਾ ਦੁਨੀਆਂ ਦੇ ਉੱਤੇ ਵੀ ਮੈਂ ਮਰਾਂ। ਹਾਂਜੀ ਤਾਂ ਮੈਂ ਫਿਰ ਦੁਬਾਰਾ ਸ਼ੁਰੂ ਕੀਤੀ ਦੁਆ ਤੋਂ ਰੋਸ਼ਨੀ 6 ਵਜੇ ਤਾਈਂ ਜਦੋਂ ਨਰਸਿਸ ਆਈਆਂ ਉਹ ਨੀਸ ਸਿਸਟਰ ਆਈ, ਉਹਨੇ ਇੰਜੈਕਸ਼ਨ ਦੇਣਾ ਸੀਗਾ ਮੈਨੂੰ ਹੈ ਨਾ, ਉਹ ਆਈ ਉਹਨੇ ਮੈਨੂੰ ਗੱਲਬਾਤ ਕੀਤੀ। ਮੈਂ ਜਦੋਂ ਉਹਨੇ ਮੈਨੂੰ ਇੰਜੈਕਸ਼ਨ ਦਿੱਤਾ ਹੈਗਾ ਉਸ ਵੇਲੇ ਵੀ ਉਹ ਰੋਸ਼ਨੀ ਉਸ ਵੇਲੇ ਵੀ ਸੀਗੀ। ਹਾਂਜੀ ਤਾਂ ਉਹ ਲੈ ਗਿਆ ਮੈਨੂੰ ਓਪਰੇਟਿੰਗ ਥੀਏਟਰ ਦੇ ਵਿੱਚ। ਹਾਂਜੀ ਤਾਂ ਫਿਰ ਮੈਨੂੰ ਵਾਪਸ ਲੈ ਕੇ ਆਏ ਮੇਰੇ ਕੋਲ ਦੁਪਹਿਰ ਦੇ 12:00, ਕਿਉਂਕਿ ਕਾਫੀ ਲੰਬਾ ਓਪਰੇਸ਼ਨ ਤੁਹਾਨੂੰ ਪਤਾ ਦੂਸਰਾ ਮਿਸ ਕਾਲ ਦੇ ਵਿੱਚ ਦੂਸਰਾ ਕੋਲ ਉਹਨੂੰ ਕੱਟ ਕਰਕੇ ਫਿਰ ਦੂਸਰਾ ਓਪਰੇਸ਼ਨ ਕਰਨਾ, ਕਾਫੀ ਲੈਂਥੀ ਪ੍ਰੋਸੀਜਰ ਸੀਗਾ। ਵਾਪਸ ਲੈ ਕੇ ਆਏ ਮੇਰੇ ਕੋਲ 4
4 5 ਦਾ ਟਾਈਮ ਮੈਨੂੰ ਥੋੜ੍ਹੀ ਥੋੜ੍ਹੀ ਸੁਰਤ ਸ਼ੁਰੂ ਹੋਏ ਆਉਣੇ ਮੈਂ ਥੋੜ੍ਹਾ ਥੋੜ੍ਹਾ ਦੇਖ ਰਿਹਾ ਔਰ ਮੈਨੂੰ ਬੜੀ ਖੁਸ਼ੀ ਆ ਵੀ ਮੈਨੂੰ ਥੋੜ੍ਹਾ ਥੋੜ੍ਹਾ ਦਿਸ ਰਿਹਾ ਹੈਗਾ ਚੀਜ਼ਾਂ ਦਿਸ ਰਹੀਆਂ ਆ ਕੇ ਫਿਗਰ ਨੋਟ 100% ਬਟ ਮੈਨੂੰ ਦਿਸ ਰਿਹਾ ਪਰ ਮੈਨੂੰ ਉਹ ਕਹਿੰਦੇ ਸੀਗੇ ਵੀ ਤੂੰ ਅੱਖਾਂ ਬੰਦ ਰੱਖੀ ਤਾਂ ਵੀ ਤੈਨੂੰ ਇਹ ਲਾਈਟ ਲਾਈਟ ਦਾ ਤੂੰ ਖਿਆਲ ਰੱਖੀ ਮੈਂ ਕਿਹਾ ਠੀਕ ਦੇਖ ਰਿਹਾ ਹੈਗਾ ਨਹੀਂ ਔਰ ਚਿੱਟੇ ਕੱਪੜੇ ਪਾਏ ਆ ਮਜ਼ੇ ਨਾਲ ਰੂਮ ਦੇ ਵਿੱਚ ਘੁੰਮ ਰਿਹਾ ਠੀਕ ਆ ਅਤੇ ਕੁਛ ਤਾਂ ਸਮਾਂ ਹੋਇਆ ਮੇਰੀ ਮੇਰੀ ਵਾਈਫ ਆ ਰਹੀ ਅੰਦਰ ਤਾਂ ਅੱਗੇ ਅੱਗੇ ਮੇਰੇ ਬਚਾਉਣ ਵਾਲਾ ਵੀ ਤੁਰਿਆ ਹੁੰਦਾ ਮਸੀਹ ਆ ਰਿਹਾ ਹਾਂ ਔਰ ਮੇਰੀ ਵਾਈਫ ਪੁੱਛਦੀ ਵੀ ਤੁਸੀਂ ਕਿਹਨੂੰ ਦੇਖ ਰਹੇ ਮੈਂ ਕਿਹਾ ਤੇਰੇ ਅੱਗੇ ਜਿਹੜਾ ਆ ਰਿਹਾ ਜਿਹਨੇ ਮੈਨੂੰ ਬਚਾਇਆ ਉਹ ਤੇਰੇ ਅੱਗੇ ਅੱਗੇ ਤੁਰਿਆ ਹੁੰਦਾ ਉਹਨੇ ਆ ਕੇ ਬਿਠਾ ਲਿਆ ਔਰ ਉਹ ਆ ਕੇ ਇੱਥੇ ਬੈਠਾ ਮੇਰੇ ਕੋਲ ਬੈਠਾ ਗੱਲਾਂ ਕਰਦੇ ਦੂਸਰੇ ਗੱਲਾਂ ਕਰਦੇ ਔਰ ਆਵਾਜ਼ ਆਉਂਦੀ ਇੱਕ ਹੁਣ ਤੂੰ ਖੁਸ਼ ਹੈ ਮੈਂ ਕਿਹਾ ਹਾਂ ਪਿਤਾ ਮੈਂ ਖੁਸ਼ ਹਾਂ ਔਰ ਤੂੰ ਮੇਰੇ ਅੰਦਰ ਹੁਣ ਆ ਜਾ ਕਿਉਂਕਿ ਤੇਰੇ ਤੋਂ ਬਗੈਰ ਹੁਣ ਮੇਰਾ ਗੁਜ਼ਾਰਾ ਨਹੀਂ ਹੈ ਕਿਉਂਕਿ ਇਹ ਜ਼ਿੰਦਗੀ ਤੂੰ ਦਿੱਤੀ ਹੈਗੀ ਆ ਤੂੰ ਇਸ ਜ਼ਿੰਦਗੀ ਨੂੰ ਪੂਰਾ ਕਰਨਾ ਹੈਗਾ ਜੋ ਕੁਛ ਵੀ ਕੰਮ ਤੂੰ ਮੇਰੇ ਕੋਲ ਕਰਵਾਉਣੇ ਆ ਤੇਰੇ ਕੰਮਾਂ ਦੇ ਵਿੱਚ ਹੀ ਹੁਣ ਇਹ ਬੰਦਾ ਚੱਲੂਗਾ ਕਿਉਂਕਿ ਤੂੰ ਹੀ ਇਹ ਜ਼ਿੰਦਗੀ ਨੂੰ ਦੁਬਾਰਾ ਦਿੱਤਾ ਹੈਗਾ ਔਰ ਉਹ ਜਿਹੜੀ ਰੋਸ਼ਨੀ ਹੈਗੀ ਜੋ ਮੈਂ ਬਹੁਤ ਲੋਕਾਂ ਦੀਆਂ ਟੈਸਟਮਨੀ ਸੁਣਦਾ ਜਿਹਨਾਂ ਲੋਕਾਂ ਨੂੰ ਇਹ ਐਕਸਪੀਰੀਅੰਸ ਹੁੰਦਾ ਉਹ ਲੋਕ ਹੀ ਤੁਹਾਨੂੰ ਦੱਸ ਸਕਦੇ ਵੀ ਕਿੱਦਾਂ ਕੀ ਹੋਇਆ ਕਿੱਦਾਂ ਹੋਇਆ ਕਿਉਂਕਿ ਲੋਕਾਂ ਨੂੰ ਬਹੁਤ ਲੱਗਦਾ ਵੀ ਇਹ ਆਪਣੇ ਕੋਲੋਂ ਹੀ ਗੱਲਾਂ ਬਣਾ ਰਿਹਾ ਇੱਦਾਂ ਹੈਗਾ ਜਦੋਂ ਤੁਸੀਂ ਉਹਨੂੰ ਦੇਖਦੇ ਹਾਂ ਕਿਉਂਕਿ ਉਹਦੀ ਜਿਹੜੀ ਪ੍ਰੈਜੈਂਸ ਆ ਉਹ ਤੁਸੀਂ ਸਾਰੀ ਜ਼ਿੰਦਗੀ ਤੱਕ ਭੁੱਲ ਨਹੀਂ ਸਕਦੇ ਕਿਉਂਕਿ ਉਹਦਾ ਤੁਹਾਨੂੰ ਆ ਕੇ ਕੋਲ ਬੈਠਣਾ ਗੱਲ ਕਰਨਾ ਕਿਉਂਕਿ ਇਸ ਦੁਨੀਆ ਦੇ ਉੱਤੇ ਕਿਸੇ ਦੀ ਆਵਾਜ਼ ਉਹਦੇ ਜੈਸੀ ਆਵਾਜ਼ ਨਹੀਂ ਹੈ ਤੁਸੀਂ ਕਦੀ ਵੀ ਮੈਂ ਬਹੁਤ ਲੋਕਾਂ ਨੂੰ ਸੁਣਦਾ ਮੈਂ ਬਹੁਤ ਪੋਲੀਟੀਸ਼ਨਾਂ ਨੂੰ ਮਿਲਦਾ ਬਹੁਤ ਤੁਸਾਂ ਜੋ ਲੀਡਰਸ ਹੈਗੇ ਆ ਕਮਿਊਨਿਟੀਆਂ ਦੇ ਉਹਨਾਂ ਨੂੰ ਮਿਲਦਾ ਲੇਕਿਨ ਮੈਂ ਅੱਜ ਤੱਕ ਉਹਦੇ ਜੈਸੀ ਆਵਾਜ਼ ਨਹੀਂ ਸੁਣੀ ਕਿਸੇ ਨੇ ਲੋਕ ਬਹੁਤ ਅੱਛੇ ਅੱਛੇ ਭਾਸ਼ਣ ਦਿੰਦੇ ਹੈਗੇ ਬੜੇ ਅੱਛੇ ਅੱਛੇ ਸਪੀਚਾਂ ਦਿੰਦੇ ਹੈਗੇ ਬਹੁਤ ਜੋਸ਼ ਦੇ ਨਾਲ ਬੋਲਦੇ ਲੇਕਿਨ ਉਹਦਾ ਜਿਹੜਾ ਬੋਲਣਾ ਹੈਗਾ ਮੇਰੇ ਵਾਸਤੇ ਇੱਕ ਨਈ ਜ਼ਿੰਦਗੀ ਸੀ ਕਿ ਜੇ ਮੈਂ ਸਵਾਲ ਪੁੱਛਾਂ ਤਾਂ ਤੁਸੀਂ ਉਹਦੀ ਆਵਾਜ਼ ਨੂੰ ਸੁਣਿਆ ਤਾਂ ਜਦੋਂ ਤੁਹਾਨੂੰ ਆਵਾਜ਼ ਸੁਣੀ ਸੀਗੀ ਤਾਂ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਾ ਵੀ ਮਤਲਬ ਕੰਨਾਂ ਰਾਹੀਂ ਸੁਣੀ ਸੀ ਜਾਂ ਦਿਲ ਦੇ ਵਿੱਚ ਆਈ ਸੀ ਕਿਸ ਤਰ੍ਹਾਂ ਸੁਣੀ ਸੀ ਨਹੀਂ ਦੇਖੋ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਰੂਮ ਦੇ ਵਿੱਚ ਕੋਈ ਬੈਠਾ ਲੇਕਿਨ ਹੈ ਨਹੀਂ ਉਹ ਠੀਕ ਜਦੋਂ ਮੈਂ ਪਹਿਲਾਂ ਸ਼ੁਰੂ ਕੀਤੀ ਦੁਆ ਰਾਈਟ ਮੈਨੂੰ ਆਵਾਜ਼ ਉਸ ਵੇਲੇ ਵੀ ਆ ਰਹੀ ਸੀ ਲੇਕਿਨ ਕਿਉਂਕਿ ਮੈਂ ਉਹਨੂੰ ਪਾਇਆ ਨਹੀਂ ਸੀ ਤਾਂ ਨਾ ਹੀ ਮੈਂ ਉਹਨੂੰ ਜਾਣਦਾ ਸੀ ਜਿਹੜਾ ਐਕਸਪੀਰੀਅੰਸ ਜੋ ਮੇਰੀ ਜ਼ਿੰਦਗੀ ਦੇ ਵਿੱਚ ਉਹਨੂੰ ਮਿਲਣ ਦੇ ਨਾਲ ਉਹਨੂੰ ਆਪਣੇ ਅੰਦਰ ਪਾਉਣ ਦੇ ਨਾਲ ਹੋਇਆ ਉਹ ਪਹਿਲਾਂ ਨਹੀਂ ਸੀ ਮੈਂ ਉਹਨੂੰ ਇਸ ਤਰ੍ਹਾਂ ਜਾਣਦਾ ਮੈਨੂੰ ਪਤਾ ਆ ਅਗਰ ਮੈਂ ਉਹਨੂੰ ਕੋਈ ਚੀਜ਼ ਮੰਗਾਂ ਰਾਈਟ ਤਾਂ ਮੈਨੂੰ ਪਤਾ ਆ ਉਹਦੇ ਵਾਸਤੇ ਕੋਈ ਵੀ ਕੰਮ ਮੁਸ਼ਕਲ ਨਹੀਂ ਹੈਗਾ ਮੇਰੇ ਵਾਸਤੇ ਕਰਨ ਲਈ ਮੇਰੇ ਵਾਸਤੇ ਕੁਈਨ ਆਫ ਇੰਗਲੈਂਡ ਤੋਂ ਲਾ ਕੇ ਪ੍ਰਾਈਮ ਮਿਨਿਸਟਰ ਤੱਕ ਉਹਨੇ ਦਰਵਾਜ਼ੇ ਖੋਲ੍ਹੇ ਆ ਕਿਉਂਕਿ ਮੈਂ ਤਾਂ ਕੁਛ ਵੀ ਨਹੀਂ ਮੈਂ ਕੁਛ ਨਹੀਂ ਹੈਗਾ ਰਾਈਟ ਉਹਨੇ ਇੱਕ ਛੋਟੀ ਜਿਹੀ ਔਰਗਨਾਈਜੇਸ਼ਨ ਵਾਸਤੇ ਮੈਨੂੰ ਇੱਕ ਪ੍ਰੈਜ਼ੀਡੈਂਟ ਬਣਾਇਆ ਉਹਨੇ ਸਿਰਫ ਇਸ ਕਰਕੇ ਬਣਾਇਆ ਕਿਉਂਕਿ ਉਹ ਚਾਹੁੰਦਾ ਸੀਗਾ ਵੀ ਇਹ ਮੇਰੇ ਕੰਮ ਕਰੇ ਔਰ ਮੇਰੇ ਲੋਕਾਂ ਦੀ ਜੋ ਨਹੀਂ ਪਛਾਣ ਉਹ ਪਛਾਣ ਕਰੇ ਤਾਂ ਮੈਨੂੰ ਰੱਬ ਨੇ ਇਹ ਮੈਨੂੰ ਮੇਰੇ ਪ੍ਰਭੂ ਨੇ ਇਹ ਮੌਕਾ ਦਿੱਤਾ ਕਿ ਜਿਹਨਾਂ ਨੂੰ ਮੇਰੇ ਬਾਰੇ ਨਹੀਂ ਪਤਾ ਮੇਰੇ ਲੋਕਾਂ ਬਾਰੇ ਨਹੀਂ ਪਤਾ ਜਿਸ ਕਮਿਊਨਿਟੀ ਨੂੰ ਮੈਂ ਬਿਲੋਂਗ ਕਰਦਾ ਇੰਡੀਅਨ ਕ੍ਰਿਸਚਨ ਕਮਿਊਨਿਟੀ ਨੂੰ ਉਹਨਾਂ ਦੀ ਆਵਾਜ਼ ਜਾਂ ਪਾਕਿਸਤਾਨੀ ਕ੍ਰਿਸਚਨ ਉਹਨਾਂ ਦੀ ਆਵਾਜ਼ ਬਣ ਕੇ ਤੂੰ ਜਾਣਾ ਤੂੰ ਉਹਨਾਂ ਨੂੰ ਦੱਸਣਾ ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਭੈਣ ਭਰਾ ਹੈਗੇ ਉਹ ਸੋਚਦੇ ਕਿ ਕ੍ਰਿਸਚੈਨਿਟੀ ਜਿਹੜੀ ਹੈਗੀ ਆ ਉਹ
ਪੋਲੀਟਿਕਸ ਦੇ ਵਿੱਚ ਨਹੀਂ ਜਾਣੇ ਚਾਹੀਦੇ ਜਿਹੜੇ ਕ੍ਰਿਸਚਨ ਹੈਗੇ। ਲੇਕਿਨ ਅਗਰ ਤੁਸੀਂ ਬਾਈਬਲ ਦੇਖੋ, ਜਿਹੜਾ ਮੋਜ਼ੀ ਸੀਗਾ ਉਹਦੇ ਨਾਲੋਂ ਵੱਡਾ ਕੋਈ ਲੀਡਰ ਨਹੀਂ ਹੈਗਾ ਜਿਹਨੇ ਆਪਣੇ ਲੋਕਾਂ ਨੂੰ 40 ਸਾਲ ਵਿਲਡਨੈਸ ਦੇ ਵਿੱਚ ਉੱਥੋਂ ਈਜਿਪਟ ਦੇ ਵਿੱਚ ਉਹ ਕੱਢ ਕੇ ਲਿਆਂਦਾ। ਉਹ ਕੌਣ ਸੀਗਾ? ਉਹਨੇ ਜਾ ਕੇ ਫਿਰ ਉਸਦੇ ਨਾਲ ਡੈਲੀਗੇਟ ਕੀਤਾ ਕਿ ਮੇਰੇ ਸਾਡੇ ਲੋਕਾਂ ਨੂੰ ਛੱਡ, ਕਿਉਂਕਿ ਇਹ ਖੁਦਾ ਦਾ ਹੁਕਮ ਆ ਕਿ ਖੁਦਾ ਨੇ ਮੈਨੂੰ ਘੱਲਿਆ ਵੀ ਇਹਨਾਂ ਨੂੰ ਇੱਥੋਂ ਛੁਡਾ ਕੇ ਲਿਜਾ। ਬਹੁਤ ਅੱਛਾ, ਬਹੁਤ ਅੱਛਾ। ਟਾਈਮ ਬੜੀ ਜਲਦੀ ਖਤਮ ਹੋ ਰਿਹਾ, ਔਰ ਰਮੇਸ਼ ਜੀ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਥੋੜ੍ਹਾ ਕੁ ਵਕਤ ਸਾਡੇ ਸਰੋਤਿਆਂ ਨਾਲ ਇਸ ਵੇਲੇ ਜੁੜੇ ਹੋਏ ਉਹਨਾਂ ਨੂੰ ਕੁਛ ਨਾ ਕੁਛ ਜ਼ਰੂਰ ਇਨਕਰੇਜਮੈਂਟ ਦਾ ਨੋਟ ਦਿਓ। ਇਨਕਰੇਜਮੈਂਟ ਹੈਗੀ ਇਹ ਕਿ ਕੁਛ ਵੀ ਤੁਸੀਂ ਕਰਦੇ ਹੈਗੇ, ਜੇ ਮਿਊਜ਼ਿਕ ਦਾ ਕਰਦੇ ਹੈਗੇ ਜਾਂ ਦੂਸਰਾ ਪੋਲੀਟਿਕਸ ਬਿਜ਼ਨਸ ਦੇ ਵਿੱਚ, ਅਗਰ ਤੁਸੀਂ ਮਸੀਹ ਨੂੰ ਆਪਣੇ ਦਿਲ ਦੇ ਵਿੱਚ ਔਰ ਅੱਗੇ ਰੱਖ ਕੇ ਚੱਲੋਗੇ ਕਦੀ ਵੀ ਫੇਲ ਨਹੀਂ ਹੋਊਗਾ, ਕਿਉਂਕਿ ਉਹ ਇੱਕ ਐਸਾ ਪਿਤਾ ਹੈਗਾ ਕਦੀ ਵੀ ਆਪਣੇ ਬੱਚਿਆਂ ਨੂੰ ਡੋਲਣ ਨਹੀਂ ਦਿੰਦਾ, ਕਦੇ ਵੀ ਕਿਸੇ ਟਾਈਮ ਦੇ ਉੱਤੇ ਉਹਨੇ ਤੁਹਾਨੂੰ ਡੋਲਣ ਨਹੀਂ ਦੇਣਾ। ਅਗਰ ਹੋ ਸਕਦਾ, ਕਿਉਂਕਿ ਇੰਨੇ ਲੋਕਾਂ ਨੂੰ ਉਹਨੂੰ ਮੌਕਾ ਮਿਲਦਾ ਸੁਣਦਾ, ਹਾਂ ਤੁਹਾਡੀ ਅੱਜ ਨਹੀਂ ਆਵਾਜ਼ ਸੁਣੀ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਦੁਆ ਨੂੰ ਛੱਡ ਦੇਣਾ। ਦੁਆ ਨੂੰ ਜ਼ਾਰੀ ਰੱਖੋ, ਦੁਆ ਨੂੰ ਦੁਆ ਹੀ ਆ ਜਿਹੜੀ ਤੁਹਾਨੂੰ ਬਚਾਊਗੀ, ਕਿਉਂਕਿ ਦੁਆ ਨੇ ਇਹ ਹੈਗਾ ਜਿੱਦਾਂ ਆਪਾਂ ਟੈਕਸਟ ਮੈਸੇਜ ਨਹੀਂ ਕਰੀਦਾ, ਦੁਆ ਹੈਗੀ ਤੁਸੀਂ ਟੈਕਸਟ ਮੈਸੇਜ ਰੱਬ ਨੂੰ ਕਰ ਰਹੇ ਹੈਗੇ ਡਾਇਰੈਕਟਲੀ, ਤੁਹਾਡਾ ਜਿਹੜਾ ਕਨੈਕਸ਼ਨ ਹੈਗਾ ਰੱਬ ਦੇ ਨਾਲ ਉਹ ਦੁਆ ਹੈਗੀ ਆ। ਔਰ ਦੁਆ ਮੋਸਟ ਇੰਪੋਰਟੈਂਟ ਚੀਜ਼ ਹੈਗੀ ਤੁਹਾਡੇ ਵਾਸਤੇ, ਅਗਰ ਤੁਸੀਂ ਦੁਆ ਕਰੋਗੇ ਤਾਂ ਉਹ ਸੁਣੇਗਾ। ਔਰ ਤੁਹਾਡੇ ਵਾਸਤੇ ਦੇਖੋ, ਮੇਰੇ ਵਾਸਤੇ ਉਹਨੇ ਬਹੁਤ ਦਰਵਾਜ਼ੇ ਖੋਲ੍ਹਿਆ, ਇੱਦਾਂ ਦੇ ਦਰਵਾਜ਼ੇ ਖੋਲ੍ਹੇ ਜਿਹੜੇ ਕਿ ਮੈਂ ਕਦੀ ਸੋਚ ਵੀ ਨਹੀਂ ਸੀ ਸਕਦਾ। ਮੇਰੇ ਭੈਣ ਭਰਾ, ਮੇਰੇ ਜਾਣਨ ਵਾਲੇ ਵੀ ਕਦੀ ਸੋਚ ਨਹੀਂ ਸਕਦੇ ਵੀ ਇੱਥੇ ਤੱਕ ਪਹੁੰਚ ਸਕਦਾ, ਲੇਕਿਨ ਇਹ ਸਿਰਫ ਉਹਦੀ ਮਿਹਰਬਾਨੀ ਆ। ਉਹਨੇ ਮੇਰੇ ਮੋਢੇ ਦੇ ਉੱਤੇ ਹੱਥ ਰੱਖਿਆ ਔਰ ਉਹਨੇ ਮੈਨੂੰ ਚੱਕਿਆ, ਉਹਨੇ ਆਪਣੇ ਹੱਥਾਂ 'ਤੇ ਚੱਕ ਕੇ ਇੱਦਾਂ ਦੀਆਂ ਜਗ੍ਹਾ ਦੇ ਉੱਤੇ ਪਹੁੰਚਾਇਆ। ਉਹ ਤੁਹਾਨੂੰ ਵੀ ਇਹ ਕਰਨਾ ਚਾਹੁੰਦਾ ਅਗਰ ਤੁਸੀਂ ਉਹਨੂੰ ਮੌਕਾ ਦਿਓ ਤਾਂ, ਕਿਉਂਕਿ ਮੈਂ ਮੌਕਾ ਸ਼ਾਇਦ ਲੇਟ ਦਿੱਤਾ, ਸ਼ਾਇਦ ਟਾਈਮ ਨਹੀਂ ਸੀ ਰਾਹ, ਲੇਕਿਨ ਜਦੋਂ ਮੈਂ ਉਹਨੂੰ ਮੌਕਾ ਦਿੱਤਾ ਉਹਨੇ ਐਸੇ ਦਰਵਾਜ਼ੇ ਖੋਲ੍ਹੇ, ਐਸੀਆਂ ਬਰਕਤਾਂ ਦਿੱਤੀਆਂ ਹੈਗੀਆਂ ਕਿ ਮੈਂ ਤੁਹਾਨੂੰ ਟਾਈਮ ਥੋੜ੍ਹਾ ਹੋਣ ਦਾ ਕਰਕੇ ਨਹੀਂ ਦੱਸ ਸਕਦਾ। ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੇਰੀ ਇਸ ਟੈਸਟਮਨੀ ਸੁਣਨ ਵਾਸਤੇ, ਔਰ ਦੁਆ ਕਰੋ ਔਰ ਉੱਤੋਂ ਡਾਇਰੈਕਟਲੀ ਮੰਗੋ। ਦੇਖੋ ਆਪਾਂ ਸਾਰੇ ਇਸ ਗੱਲ ਨੂੰ ਮੰਨਦੇ ਹੈਗੇ, ਭਾਈ ਸਾਹਿਬ ਜੀ ਮੇਲੇ ਦੁਆ ਕਰੋ। ਦੇਖੋ ਤੁਸੀਂ ਅਗਰ ਕੋਈ ਚੀਜ਼ ਖਾਣੀ ਆ, ਤੁਸੀਂ ਇੱਦਾਂ ਤਾਂ ਨਹੀਂ ਕਹਿੰਦੇ ਵੀ ਤੁਸੀਂ ਜਾਂ ਡੈਨੀ ਨੂੰ ਕਹੋਗੇ ਡੈਨੀ ਆ ਚੱਕ ਕੇ ਮੇਰੇ ਮੂੰਹ 'ਚ ਪਾ ਦੇ, ਇਹ ਮੈਨੂੰ ਭੁੱਖ ਲੱਗੀ ਆ। ਅਗਰ ਤੁਹਾਨੂੰ ਕੁਛ ਚੀਜ਼ ਚਾਹੀਦੀ ਆ ਤਾਂ ਤੁਸੀਂ ਸਿੱਧਾ ਉਹਦੇ ਕੋਲ ਮੰਗੋਗੇ ਤਾਂ ਉਹ ਤੁਹਾਨੂੰ ਦੇਵੇਗਾ। ਥੈਂਕ ਯੂ। ਬਹੁਤ ਅੱਛਾ ਰਮੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਤਾਂ ਸਾਡੇ ਕੋਲ ਆਏ ਹੈਗੇ ਆ, ਅਤੇ ਗੋਡ ਬਲੈਸ ਯੂ, ਥੈਂਕ ਯੂ ਵੈਰੀ ਮੱਚ। ਨਹੀਂ ਨਹੀਂ, ਥੈਂਕ ਯੂ ਤੁਹਾਡਾ ਕਿ ਤੁਸੀਂ ਮੇਰੀ ਇਸ ਟੈਸਟਮਨੀ ਨੂੰ ਸੁਣਿਆ, ਮੈਨੂੰ ਇਹ ਟਾਈਮ ਦਿੱਤਾ, ਮੌਕਾ ਦਿੱਤਾ ਤੁਹਾਡੇ ਨਾਲ ਸ਼ੇਅਰ ਕਰਨ ਦਾ। ਹਾਂ ਤੁਹਾਨੂੰ ਤਾਂ ਥੋੜ੍ਹੀਆਂ ਗੱਲਾਂ ਪਤਾ ਸੀਗੀਆਂ, ਥੋੜ੍ਹੀਆਂ ਕੁਛ ਅੱਜ ਪਤਾ ਲੱਗੀਆਂ, ਤਾਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹਾਂ, ਲੋਕਾਂ ਤਾਂ ਇਹ ਮੈਸੇਜ ਪਹੁੰਚਾ ਰਹੇ ਹੈਗੇ ਆ ਔਰ ਟੈਸਟਮਨੀਆਂ ਦੱਸ ਰਹੇ ਹੈਗੇ ਲੋਕਾਂ ਨੂੰ ਕਿ ਉਹਨਾਂ ਦੀ ਵੀ ਜ਼ਿੰਦਗੀ ਦੇ ਵਿੱਚ ਮਸੀਹ ਕੰਮ ਕਰੇ, ਉਹਨਾਂ ਨੂੰ ਵੀ ਉਹਨਾਂ ਵਾਸਤੇ ਵੀ ਇੱਦਾਂ ਦੇ ਦਰਵਾਜ਼ੇ ਖੋਲ੍ਹੇ ਕਿ ਉਹਨਾਂ ਦੇ ਵੀ ਘਰ ਉਹਦੀ ਰੂਹ ਦੇ ਨਾਲ ਭਰ ਜਾਣ। ਥੈਂਕ ਯੂ। Ramesh was on his way to a life of misery and unsurety due to his poor health. He was scheduled to have quite a few operations. The weight on his body was killing him. Everybody who knew him was praying for his breakthrough. Then the Lord Jesus heard his cries and transformed him. Kaun kehnda hai ga ki miracle nahi hunde? Ramesh ji nu puch ke dekho, Yesu da lahu shifa denda hai ga. Ramesh ji nu bahut hi barkat mile aur bahut hi acche kaam kar rahe apni qaum waste is vele. That's all I have time for. Shukriya meherbani. Thank you for joining me. Until next time, Jamsi ki yaad rakhna notifications button nu on kar lena aur channel nu zarur subscribe karna. Agle program nu miss nahi karna. ਦੇਖਦੇ ਰਹੋ ਔਰ ਬਰਕਤ ਪਾਓ। ਜੈ ਮਸੀਹ ਕੀ।